ਵੈਲਕਮ ਬੈਕ ਟੂ ਮਾਈ ਨਿਊ ਵਲੋਗ ਦੋਸਤੋ। ਅੱਜ ਦਾ ਜਿਹੜਾ ਵਲੋਗ ਆ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੋਟ ਸਾਹਿਬ ਵੱਲ ਨੂੰ, ਅਤੇ ਹੇਮਕੋਟ ਸਾਹਿਬ ਦਾ ਜਿਹੜਾ ਇੱਥੋਂ ਟਰੈਕ ਆ ਉਹ ਸਿਰਫ 7 ਕਿਲੋਮੀਟਰ ਦੀ ਦੂਰੀ 'ਤੇ ਆ, ਅਤੇ ਸਵੇਰ ਦੇ ਵੱਜ ਗਏ ਦੇ ਆ 6:30, ਅਤੇ ਯਾਤਰਾ ਜਿਹੜੀ ਆ ਕਰਨ ਲੱਗੇ ਆ ਸਟਾਰਟ। ਅਤੇ ਆਹ ਜਿਹੜਾ ਪਿੱਛੇ ਦੇਖ ਸਕਦੇ ਹੋ ਜਿਹੜਾ ਟਰੈਕ ਆ ਸਿੱਧਾ ਸ਼੍ਰੀ ਹੇਮਕੋਟ ਸਾਹਿਬ ਵੱਲ ਨੂੰ ਜਾਂਦਾ। ਸੋ ਜੀ, ਸ਼੍ਰੀ ਹੇਮਕੋਟ ਸਾਹਿਬ ਦੀ ਯਾਤਰਾ ਜਿਹੜੀ ਉਹ ਕਰਤੀ ਆ ਸਟਾਰਟ, ਅਤੇ 7 ਕਿਲੋਮੀਟਰ ਦਾ ਇੱਥੋਂ ਟਰੈਕ ਆ, ਇੱਥੋਂ ਹੁਣ ਸਾਰੀ ਖੜੀ ਚੜ੍ਹਾਈ ਆ। ਸੰਗਤ ਵੇਖ ਲਓ, ਚਾਹ ਪਾਣੀ ਪੀ ਕੇ ਸੰਗਤਾਂ ਨੇ ਚਾਲੇ ਪਾ ਤੇ ਆ। ਇੱਧਰਲੀ ਸਾਈਡ ਆ ਗਈਆਂ ਖਾਣ ਪੀਣ ਵਾਲੀਆਂ ਦੁਕਾਨਾਂ, ਬ੍ਰੇਕਫਾਸਟ ਵਗੈਰਾ ਕਰਨਾ ਹੋਏ। ਇਹ ਆ ਗਿਆ ਛੋਟਾ ਜਿਹਾ ਬ੍ਰਿਜ। ਜੇ ਇੱਥੋਂ ਤੁਸੀਂ ਖੱਚਰ ਵਗੈਰਾ ਕਰਾਉਂਦੇ ਹੋ, ਖੱਚਰ ਦਾ ਜਿਹੜਾ ਵਾ ਹੇਮਕੋਟ ਸਾਹਿਬ ਤੱਕ 1600 ਰੁਪਈਏ ਪਰ ਪਰਸਨ ਦਾ। ਇਹ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਗਲੇਸ਼ੀਅਰ ਦੀ ਜਿਹੜੀ ਬਰਫ਼ ਆ ਉੱਪਰੋਂ ਖੁਰ ਕੇ ਆਉਂਦੀ ਹੈ। ਜਿਹੜੀ ਹੇਮਕੋਟ ਸਾਹਿਬ ਦਾ ਟਰੈਕ ਹੈ ਸਿੱਧਾ ਖੜ੍ਹਾ ਟਰੈਕ ਆ, ਸਿੱਧੀ ਖੜ੍ਹੀ ਚੜ੍ਹਾਈ ਹੈ 7 ਕਿਲੋਮੀਟਰ ਤੱਕ। ਸਾਈਡ ਦਾ ਵਿਊ ਦੇਖ ਸਕਦੇ ਹੋ, ਸਿੱਧੀ ਖੜ੍ਹੀ ਚੜ੍ਹਾਈ ਹੈ। ਅਤੇ ਆਸਤੇ ਆਸਤੇ ਜਿਹੜਾ ਅਸੀਂ ਗੋਬਿੰਦ ਘਾਟ ਥੱਲੇ ਸਮਾਨ ਰੱਖਿਆ ਸੀ 1-1 ਬੈਗ, ਉਹ ਤਾਂ ਅਸੀਂ ਰੱਖਿਆ ਸੀ, ਪਰ ਇੱਥੇ ਵੀ ਅਸੀਂ ਜਿਹੜਾ ਸਮਾਨ 1-1 ਬੈਗ ਲਿਆਂਦਾ ਉਹਦੇ 'ਚੋਂ ਵੀ ਕੱਢ ਕੇ ਸਿਰਫ ਇੱਕ ਰੇਨਕੋਟ ਟਾਵਲ ਵਗੈਰਾ ਨਾਲ ਲਿਆ, ਕਿਉਂਕਿ 7 ਕਿਲੋਮੀਟਰ ਦਾ ਟਰੈਕ ਆ ਅਤੇ ਚੜ੍ਹਾਈ ਜਿਹੜੀ ਹੈ ਖੜ੍ਹੀ ਚੜ੍ਹਾਈ ਹੈਗੀ ਹੈ, ਅਤੇ ਵਜ਼ਨ ਜ਼ਿਆਦਾ ਨਹੀਂ ਲਿਆ ਜਾ ਸਕਦੇ ਉੱਪਰ, ਕਿਉਂਕਿ ਸਾਹ ਜਿਹੜਾ ਫੁੱਲਣਾ ਸਟਾਰਟ ਹੋ ਜਾਂਦਾ। ਉਹ ਥੱਲੜਲੀ ਸਾਈਡ ਗੋਬਿੰਦ ਧਾਮ ਰਹਿ ਗਿਆ, ਸਾਹਮਣੇ ਦੇਖ ਸਕਦੇ ਹੋ। ਇੱਥੇ ਰਾਤੀ ਅਸੀਂ ਸਟੇਅ ਕੀਤਾ ਸੀ, ਇੱਥੇ ਵੀ ਜਿਹੜੀ ਆ ਸਾਹ ਲੈਣ 'ਚ ਪ੍ਰੋਬਲਮ ਆਉਂਦੀ ਆ, 50 ਵਿੱਚੋਂ 30-40%। ਸਾਹਮਣੇ ਉੱਪਰ ਦੇਖ ਸਕਦੇ ਹੋ ਪਹਾੜਾਂ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਣੀਆਂ ਸਟਾਰਟ ਹੋ ਗਈਆਂ, ਅਤੇ 5 ਮਿੰਟ ਲਈ ਅਸੀਂ ਸਾਹ ਲੈਣ ਦੇ ਵਾਸਤੇ ਰੁਕੇ ਹਾਂ, ਅਤੇ ਆਹ ਜਿਹੜਾ ਟਰੈਕ ਅਸੀਂ ਇਹ ਕੰਪਲੀਟ ਕਰਨਾ। ਉਹ ਸਾਹਮਣੇ ਸਾਰੀ ਖੜੀ ਚੜ੍ਹਾਈ ਹੈ, ਦੇਖ ਸਕਦੇ ਹੋ ਯਾਤਰੀ ਬੁੱਢੇ ਬਜ਼ੁਰਗ ਵੀ ਕਿਸ ਤਰ੍ਹਾਂ ਪੈਦਲ ਆ ਰਹੇ ਹੋ। ਉਹ ਥੱਲੇ ਰਹਿ ਗਿਆ ਗੋਬਿੰਦ ਘਾਟ, ਤਕਰੀਬਨ 2 ਕਿਲੋਮੀਟਰ ਦੀ ਚੜ੍ਹਾਈ ਜਿਹੜੀ ਅਸੀਂ ਚੜ੍ਹੇ ਹਾਂ, 4 ਕਿਲੋਮੀਟਰ ਦਾ ਟਰੈਕ ਜਿਹੜਾ ਉੱਪਰ ਨੂੰ ਬਾਕੀ ਹੈ। ਗਲੇਸ਼ੀਅਰ ਦੀ ਜਿਹੜੀ ਦੂਰੀ ਆ ਇੱਥੋਂ ਸਿਰਫ 2-2.5 ਕਿਲੋਮੀਟਰ ਦੀ ਦੂਰੀ 'ਤੇ ਗਲੇਸ਼ੀਅਰ ਆ, ਅਤੇ ਬਹੁਤ ਹੀ ਔਖੀ ਚੜ੍ਹਾਈ ਆ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਡ ਸਾਹਿਬ ਦੀ, ਬਹੁਤ ਟਫ ਚੜ੍ਹਾਈ ਆ। ਇਹ ਪਹਾੜ ਦੇਖ ਸਕਦੇ ਹੋ ਖੜ੍ਹੀ ਚੜ੍ਹਾਈ ਆ, ਇਹ ਥੱਲਿਓਂ ਵੀ ਜਿਹੜੀ ਖੜ੍ਹੀ ਚੜ੍ਹਾਈ ਹੁੰਦੀ ਆ। ਜੀ 5 ਕਿਲੋਮੀਟਰ ਦਾ ਸਫ਼ਰ ਜਿਹੜਾ ਤੈਅ ਕਰਕੇ ਉਹ ਥੱਲਿਓਂ ਉੱਪਰ ਤੱਕ ਆ ਗਏ ਹਾਂ। ਇੱਥੇ ਪਾਣੀ ਵਗੈਰਾ ਕੋਲਡ ਡਰਿੰਕ ਵਗੈਰਾ ਪੀਤੀ ਹੈ। ਇੱਧਰਲੀ ਸਾਈਡ ਆ ਗਿਆ ਹੁਣ ਗਲੇਸ਼ੀਅਰ, ਇੱਥੋਂ ਸਿਰਫ 2 ਕਿਲੋਮੀਟਰ ਦਾ ਪਿੰਡ ਆ ਜਿਹੜਾ ਦੂਰ ਆ,
ਤਾਂ ਸਾਹਮਣੇ ਦੇਖ ਸਕਦੇ ਹੋ ਆ ਗਲੇਸ਼ੀਅਰ, ਅੱਧਾ ਕਿਲੋਮੀਟਰ ਦੀ ਦੂਰੀ 'ਤੇ ਗਲੇਸ਼ੀਅਰ ਅਤੇ ਡੇਢ ਕਿਲੋਮੀਟਰ ਦੀ ਦੂਰੀ 'ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ। ਕੀਰਤਨ ਦੀ ਆਵਾਜ਼ ਜਿਹੜੀ ਇੱਥੋਂ ਤੱਕ ਆ ਰਹੀ ਹੈ ਅਤੇ 9 ਵਜੇ ਦੀ ਅਰਦਾਸ ਆ। ਕੋਸ਼ਿਸ਼ ਇਹ ਹੋਏਗੀ ਵੀ 9 ਵਜੇ ਦੀ ਅਰਦਾਸ ਦੇ ਵਿੱਚ ਜਾ ਕੇ ਬੈਠ ਸਕੀਏ, ਕਿਉਂਕਿ ਥੱਲਿਓਂ ਜਿਹੜੀ ਗੋਬਿੰਦ ਧਾਮ ਤੋਂ ਲੈ ਕੇ ਸਾਰੀ ਜਿੰਨੀ ਵੀ ਹੈ ਖੜ੍ਹੀ ਚੜ੍ਹਾਈ ਹੈ। ਬੜੇ ਆਸਤੇ ਆਸਤੇ ਮਜ਼ੇ ਮਜ਼ੇ ਅਸੀਂ ਉੱਪਰ ਆਏ ਹਾਂ। ਗਲੇਸ਼ੀਅਰ ਜਿਹੜਾ ਆ ਗਿਆ ਅਤੇ ਗਲੇਸ਼ੀਅਰ ਦੀ ਜਿਹੜੀ ਹੈ ਚੜ੍ਹਾਈ ਕਰਦੇ ਹਾਂ। ਸਾਹਮਣੇ ਦੇਖ ਸਕਦੇ ਹੋ ਇਹ ਸਾਹਮਣੇ ਸਾਰਾ ਗਲੇਸ਼ੀਅਰ ਆ। ਗਲੇਸ਼ੀਅਰ ਨੂੰ ਪਾਰ ਕਰਕੇ ਉੱਪਰੋਂ ਜਿੱਥੋਂ ਗੁਰਬਾਣੀ ਦੀ ਆਵਾਜ਼ ਆਉਂਦੀ ਪਈ ਆ ਉੱਥੇ ਗੁਰਦੁਆਰਾ ਹੇਮਕੁੰਟ ਸਾਹਿਬ ਆ, ਅਤੇ ਜਿਹੜੇ ਥੱਲਿਓਂ ਖੱਚਰਾਂ ਵਾਲੇ ਆਉਂਦੇ ਆ ਖੱਚਰਾਂ ਦਾ ਸਟੈਂਡ ਜਿਹੜਾ ਸਾਹਮਣੇ ਰਹਿ ਗਿਆ, ਇੱਥੋਂ ਤੱਕ ਤੁਹਾਨੂੰ ਉਤਾਰਨਗੇ, ਅੱਗੋਂ ਤੁਹਾਨੂੰ ਪੈਦਲ ਹੀ ਜਾਣਾ ਪਵੇਗਾ। ਆਹ ਸਾਹਮਣੇ ਦੇਖ ਸਕਦੇ ਹੋ ਗਲੇਸ਼ੀਅਰ ਬਹੁਤ ਵੱਡਾ, ਇਹਨੂੰ ਬੜੀ ਧਿਆਨ ਦੇ ਨਾਲ ਪਾਰ ਕਰਨਾ ਚਾਹੀਦਾ ਕਿਉਂਕਿ ਗਲੇਸ਼ੀਅਰ ਕਦੇ ਵੀ ਜਿਹੜਾ ਪੈਰ ਫਿਸਲ ਸਕਦਾ, ਕਦੇ ਵੀ ਦੁਰਘਟਨਾ ਘਟ ਸਕਦੀ ਹੈ। ਚਲੋ ਸਾਹਮਣੇ ਦੇਖ ਸਕਦੇ ਹੋ ਸੰਗਤ ਜਿਹੜੀ ਆ ਗਲੇਸ਼ੀਅਰ ਨੂੰ ਪਾਰ ਕਰਕੇ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਨੂੰ ਜਾ ਰਹੀ ਹੈ। ਆਹ ਸਾਹਮਣੇ ਸਾਰਾ ਗਲੇਸ਼ੀਅਰ ਆ ਅਤੇ ਗਲੇਸ਼ੀਅਰ ਜਿਹੜਾ ਉਹ ਥੱਲੇ ਤੱਕ ਚੱਲ ਜਾਂਦਾ ਤਾਂ ਸੰਗਤ ਜਿਹੜੀ ਆ ਉਹ ਥੱਲਿਓਂ ਉੱਪਰ ਨੂੰ ਆ ਰਹੀ ਹੈ। ਆਹ ਸਾਹਮਣੇ ਵੀ ਦੇਖ ਸਕਦੇ ਹੋ ਗਲੇਸ਼ੀਅਰ ਵਾਲੇ ਪਹਾੜ ਅਤੇ ਮੌਸਮ ਉੱਪਰ ਗਲੇਸ਼ੀਅਰ 'ਤੇ ਬਹੁਤ ਹੀ ਜ਼ਿਆਦਾ ਤਿਲਕਣਾ, ਪੈਰ ਦਾ ਦਬਾਅ ਬਣਾ ਕੇ ਫਿਰ ਗਲੇਸ਼ੀਅਰ 'ਤੇ ਚੱਲਣਾ ਪੈਂਦਾ। ਇਹ ਆ ਗਿਆ ਆਪਾਂ ਉੱਪਰਲੇ ਰਸਤੇ, ਇਹ ਆ ਗਿਆ ਥੱਲਿਓਂ ਦੀ। ਆਹ ਦੇਖ ਸਕਦੇ ਹੋ ਸਾਰਾ ਹੀ ਗਲੇਸ਼ੀਅਰ ਆ। ਲਓ ਜੀ ਫਾਈਨਲੀ ਗਲੇਸ਼ੀਅਰ ਕਰ ਲਿਆ ਪਾਰ, ਅੱਗੋਂ ਆ ਗਿਆ ਪਲੇਨ ਰਸਤਾ, ਬਸ ਗੁਰਦੁਆਰਾ ਸਾਹਿਬ ਜਿਹੜਾ ਆ ਗਿਆ ਲਾਗੇ ਅਤੇ ਦਰਬਾਰ ਸਾਹਿਬ ਦੇ ਕਰਦੇ ਹਾਂ ਜਾ ਕੇ ਦਰਸ਼ਨ ਅਤੇ ਕਰਦੇ ਹਾਂ ਨਾਲ ਇਸ਼ਨਾਨ ਅਤੇ ਲਾਗੇ ਚਾਗੇ ਦਾ ਜਿਹੜਾ ਵਿਊ ਆ ਉਹ ਤੁਹਾਨੂੰ ਦਰਸ਼ਨ ਜ਼ਰੂਰ ਕਰਵਾਵਾਂਗੇ ਜੀ। ਗਲੇਸ਼ੀਅਰ ਵੀ ਬੜਾ ਥੱਲੇ ਰਹਿ ਗਿਆ ਪਰ ਰਸਤਾ ਜਿਹੜਾ ਵਾ ਹੇਮਕੁੰਟ ਸਾਹਿਬ ਦਾ ਖਤਮ ਨਹੀਂ ਹੁੰਦਿਆ। ਉੱਧਰਲੀ ਸਾਈਡ ਰਹਿ ਗਈਆਂ ਪੌੜੀਆਂ, ਇੱਧਰਲੀ ਸਾਈਡ ਫਿਰ ਇੱਧਰਲੀ ਸਾਈਡ ਪੈਦਲ ਟਰੈਕ ਆ। ਵਿਊ ਚੈੱਕ ਕਰ ਸਕਦੇ ਹੋ ਬਹੁਤ ਹੀ ਅਲਟੀਮੇਟ ਵਿਊ ਆ ਰਿਹਾ। ਆਹ ਚੈੱਕ ਕਰ ਸਕਦੇ ਹੋ ਬਰਫ ਹੀ ਬਰਫ ਵਿੱਚੋਂ ਦੀ ਆ ਟਰੈਕ ਆ, ਉਹ ਉਦੋਂ ਦੀ ਟਰੈਕ ਚੜ੍ਹਦੇ ਹੋਏ ਉਹ ਸਾਹਮਣੇ ਨਿਸ਼ਾਨ ਸਾਹਿਬ ਆ, ਉੱਥੇ ਗੁਰਦੁਆਰਾ ਸਾਹਿਬ ਆ। ਦੇਖੋ ਸਾਹਮਣੇ ਲਓ ਜੀ ਫਾਈਨਲ ਸ਼੍ਰੀ ਹੇਮਕੁੰਟ ਸਾਹਿਬ ਪਹੁੰਚ ਗਏ ਹਾਂ। ਚੜ੍ਹਾਈ ਜਿਹੜੀ ਆ ਖਤਮ ਕਰਤੀ ਆ, ਬਹੁਤ ਹੀ ਖੜ੍ਹੀ ਚੜ੍ਹਾਈ ਆ। ਆਹ ਲਾਗੇ ਚਾਗੇ ਦੇਖ ਸਕਦੇ ਹੋ ਸਾਰੇ ਗਲੇਸ਼ੀਅਰ, ਟੋਟਲੀ ਹੀ ਗਲੇਸ਼ੀਅਰ ਆ ਉੱਪਰ ਤੱਕ। ਆਹ ਮੇਨ ਐਂਟਰੀ ਆ ਹੇਮਕੁੰਟ ਸਾਹਿਬ ਦੀ, ਇੱਧਰ ਆ ਪਿੱਠੂ ਵਗੈਰਾ ਕਰਾ ਸਕਦੇ ਹੋ ਥੱਲੇ ਜਾਣ ਲਈ। ਸਾਰੀ ਸੰਗਤ ਜਿਹੜੀ ਆ ਦਰਸ਼ਨ ਕਰਕੇ ਹੁਣ 12 ਵਜੇ ਦੀ ਅਰਦਾਸ ਸੁਣ ਕੇ ਥੱਲੇ ਨੂੰ ਜਾਏਗੀ। ਸਭ ਤੋਂ ਟੋਪ 'ਤੇ ਆ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ।
ਬਠਿੰਡਾ ਹੈ। ਆਹ ਪਿੱਛੇ ਦੇਖ ਸਕਦੇ ਹੋ ਝੀਲ ਜਿਹੜੀ ਆ ਪੂਰੀ ਸਾਰੀ ਦੀ ਸਾਰੀ ਜੰਮੀ ਆ। ਇਸ਼ਨਾਨ ਕਰਦੇ ਹਾਂ, ਇਸ਼ਨਾਨ ਕਰਕੇ ਮੱਥਾ ਟੇਕਦੇ ਹਾਂ। ਪਿੱਛੇ ਆ ਗਿਆ ਗੁਰਦੁਆਰਾ ਸਾਹਿਬ, ਇੱਧਰਲੀ ਸਾਈਡ ਰਹਿ ਗਿਆ ਲਕਸ਼ਮਣ ਮੰਦਰ, ਪਿਛਲੀ ਸਾਈਡ ਦੇਖ ਸਕਦੇ ਹੋ ਲਕਸ਼ਮਣ ਮੰਦਰ ਰਹਿ ਗਿਆ। ਇਸ਼ਨਾਨ ਕਰਦੇ ਹਾਂ। ਅੰਦਰੋਂ ਆ ਗਿਆ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ, ਉਹ ਸਾਹਮਣੇ ਲਾਈਵ ਚੱਲਦਾ ਪਿਆ। ਸਾਹਿਬ ਦੇ ਦਰਸ਼ਨ ਕਰਕੇ ਮੱਥਾ ਟੇਕ ਲਿਆ ਅਤੇ ਖਿਚੜੀ ਦਾ ਲੰਗਰ ਛਕ ਲਿਆ, ਚਾਹ ਵੀ ਛਕ ਲਿਆ। ਹੁਣ ਇੱਧਰਲੀ ਸਾਈਡ ਅਸੀਂ ਆ ਪੁੱਲ ਪਾਰ ਕਰਕੇ ਆ ਗਏ। ਇੱਧਰ ਰਹਿ ਗਿਆ ਹੇਮਕੁੰਟ ਸਾਹਿਬ ਦਾ ਸਰੋਵਰ, ਜੋ ਕਿ ਥੋੜ੍ਹੀ ਕਿੱਥੋਂ ਪਾਣੀ ਆ, ਅੱਗੇ ਝੀਲ ਸਾਰੀ ਜੰਮੀ ਆ। ਇੱਧਰ ਆ ਗਿਆ ਲਕਸ਼ਮਣ ਜੀ ਦਾ ਮੰਦਰ, ਲਕਸ਼ਮਣ ਜੀ ਦੇ ਮੰਦਰ ਦੇ ਕਰਦੇ ਹਾਂ ਦਰਸ਼ਨ। ਇਹ ਆ ਗਿਆ ਜੀ ਲਕਸ਼ਮਣ ਜੀ ਦਾ ਮੰਦਰ। ਲਕਸ਼ਮਣ ਜੀ ਦਾ ਮੰਦਰ ਆ, ਕੁਛ ਇਸ ਤਰ੍ਹਾਂ ਦਾ ਵਿਊ ਇੱਧਰੋਂ ਸ਼੍ਰੀ ਹੇਮਕੁੰਟ ਸਾਹਿਬ ਜੀ ਦਾ ਦਿਖਦਾ। ਅਤੇ ਇੱਧਰ ਨੂੰ ਅਸੀਂ ਥੱਲੇ ਵਾਪਸ ਜਾਣਾ। ਇੱਧਰ ਦੇਖ ਸਕਦੇ ਹੋ ਬਰਫ਼ ਕਿੰਨੀ ਹੈ ਇਸ ਵਾਰ ਉੱਪਰ। ਲਕਸ਼ਮਣ ਜੀ ਦਾ ਮੰਦਰ, ਲੋ ਸ਼ਿਵ ਸ਼ੰਕਰ ਭੋਲੇਨਾਥ ਦੇ ਦਰਸ਼ਨ। ਇੱਧਰ ਛੋਟਾ ਜਿਹਾ ਮੰਦਰ ਆ ਭੋਲੇਨਾਥ ਦਾ। ਜੈ ਸ਼ਿਵ ਸ਼ੰਕਰ। ਲਓ ਜੀ, ਯਾਤਰਾ ਸਾਡੀ ਹੇਮਕੁੰਟ ਸਾਹਿਬ ਜੀ ਦੀ ਇੱਥੇ ਹੋ ਜਾਂਦੀ ਹੈ ਸਮਾਪਤ। ਅਰਦਾਸ ਜਿਹੜੀ ਹੈ 12:15 ਦੀ ਹੋ ਗਈ ਹੈ ਹੁਣ ਥੱਲੇ। ਲਓ ਜੀ, ਅੱਜ ਦਾ ਵਲੋਗ ਜਿਹੜਾ ਇੱਥੇ ਹੀ ਆ ਸ਼੍ਰੀ ਹੇਮਕੁੰਟ ਸਾਹਿਬ ਜੀ 'ਤੇ ਕਰਤਾ ਖਤਮ। ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਕਰ ਦਿਓ ਲਾਈਕ, ਕਮੈਂਟ, ਸ਼ੇਅਰ। ਚੈਨਲ 'ਤੇ ਪਹਿਲੀ ਵਾਰੀ ਹੋ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਹੇਮਕੁੰਟ ਸਾਹਿਬ ਜੀ ਦਾ ਵਲੋਗ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੰਗਤਾਂ ਨੂੰ ਅਪਡੇਟ ਮਿਲ ਸਕੇ ਅਤੇ ਸੰਗਤਾਂ ਦਰਸ਼ਨ ਕਰ ਸਕਣ। ਅਤੇ ਅੱਜ ਦਾ ਵਲੋਗ ਜਿਹੜਾ ਐਂਡ ਸੀ, ਹੁਣ ਜਿਹੜੀ ਆ ਥੱਲੇ ਨੂੰ ਸਾਡੀ ਤਿਆਰੀ ਆ, ਅੱਜ ਗੋਬਿੰਦ ਧਾਮ ਰਵਾਂਗੇ ਰਾਤ। ਸੋ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਕਰਿਓ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ।